ਲੁਧਿਆਣਾ ਦੇ ਪ੍ਰਤਾਪ ਚੌਂਕ ਨਜ਼ਦੀਕ ਸੰਗੀਤ ਸਿਨੇਮਾ ਰੋਡ ਇੰਡੀਅਨ ਆਇਲ ਦੇ ਪੈਟਰੋਲ ਪੰਪ 'ਤੇ ਸਥਿਤੀ ਉਸ ਵਕਤ ਤਣਾਓਪੂਰਨ ਹੋ ਗਈ ਜਦ ਲੋਕ ਹੱਥਾਂ ਵਿੱਚ ਪਾਰਦਰਸ਼ੀ ਬੋਤਲਾਂ ਫੜ ਇੱਕ ਤੋਂ ਬਾਅਦ ਇੱਕ ਪੈਟਰੋਲ ਪੰਪ 'ਤੇ ਪਹੁੰਚਣ ਲੱਗੇ। ਇਸੇ ਤਰ੍ਹਾਂ ਦੇ ਸੈਂਕੜੇ ਲੋਕਾਂ ਦਾ ਕਹਿਣਾ ਸੀ ਕਿ ਪੈਟਰੋਲ ਪੰਪ ਵਾਲੇ ਪੈਟਰੋਲ ਵਿੱਚ ਪਾਣੀ ਮਿਕਸ ਕਰਕੇ ਵੇਚ ਰਹੇ ਹਨ। ਇਸ ਤਣਾਓ ਭਰੀ ਸਥਿਤੀ ਨੂੰ ਵੇਖ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਵੀ ਬੇਵੱਸ ਨਜ਼ਰ ਆਈ। ਉਸ ਨੂੰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਕਸੂਰਵਾਰ ਕੌਣ ਹੈ। ਲੋਕਾਂ ਦਾ ਕਹਿਣਾ ਸੀ ਕਿ ਬਾਈਕ ਵਿੱਚ ਪੈਟਰੋਲ ਪਾਉਣ ਤੋਂ ਬਾਅਦ ਉਹਨਾਂ ਦੀ ਬਾਈਕ ਥੋੜ੍ਹੀ ਦੂਰ ਜਾ ਕੇ ਬੰਦ ਹੋ ਰਹੀ ਹੈ। ਆਓ ਅਸੀਂ ਵਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ। ਇਹ ਵੀਰ ਜੀ ਪੰਪ ਵਾਲੇ ਸਾਨੂੰ ਕਹਿ ਰਹੇ ਨੇ ਜੀ ਇਹ ਸਰਕਾਰ ਪਾਣੀ ਪਾ ਕੇ ਭੇਜ ਰਹੀ ਹੈ ਜੀ। ਗਰੀਬ ਜਨਤਾ ਦਾ ਹਾਲ ਦੇਖੋ ਵੀਰ ਜੀ, ਗਰੀਬ ਜਨਤਾ ਕੀ ਕਰੇਗੀ, ਠੀਕ ਹੈ ਕਿ ਨਹੀਂ ਜੀ। ਹੁਣ ਤੁਸੀਂ ਇਹ ਦੱਸੋ ਵੀ ਆਮ ਆਦਮੀ ਦਾ ਕੀ ਹੱਲ ਹੋਊਗਾ ਜੀ, ਦੱਸੋ। ਪੌੜੀਆਂ ਚੜ੍ਹ ਚੜ੍ਹ ਔਖੇ ਹੋ ਜਾਂਦਾ। ਇਹ ਭਾਜੀ 15 ਮਿੰਟ ਪਹਿਲਾਂ ਮੋਟਰਸਾਈਕਲ ਦੇ ਵਿੱਚ ਤੇਲ ਪਵਾਇਆ ਜੀ, 1 ਕਿਲੋਮੀਟਰ ਤਾਂ ਜਾ ਕੇ ਮੋਟਰਸਾਈਕਲ ਖੜ ਗਿਆ ਜੀ। ਹਾਂਜੀ 50 ਤੋਂ ਠੀਕ ਹੈ ਨਾ ਜੀ, ਕਲਾ ਸੀਜ ਹੋ ਗਈਆਂ ਨੇ। ਇਹ ਮੋਟਰਸਾਈਕਲ ਵੀ ਸੀਜ ਹੋ ਗਏ, ਕਈਆਂ ਦੀ ਕਾਰਾਂ ਸੀਜ ਹੋ ਗਈਆਂ ਨੇ ਜੀ। ਇੰਨਾ ਸ਼ੁਕਰ ਭਾਜੀ, ਇਹ ਹੁਣ ਹਾਲ ਦੱਸੋ ਇਹਨਾਂ ਦਾ ਕੀ ਕੀਤਾ ਜਾਵੇ ਜੀ। ਸਰਕਾਰ ਬੁਲਾਏ ਹੋਏ ਆ। 10 ਘੰਟਾ ਪਹਿਲਾਂ ਪਵਾਇਆ ਜੀ ਤੇਲ ਮੈਂ ਜੀ, ਮੈਨੂੰ ਕਿਹਾ ਤੁਹਾਡਾ ਪੰਪ ਰੁਕ ਕਿਉਂ ਰਿਹਾ ਜੀ, ਕਹਿੰਦਾ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਤੁਹਾਨੂੰ ਨਹੀਂ ਪਤਾ ਲੱਗਦਾ ਕਿਉਂ ਰੁਕ ਕਿਉਂ ਹੋ ਰਿਹਾ ਇਹ। ਇਹਦੇ ਅੱਗੇ ਸੈਂਸਰ ਲਗਾ, ਸੈਂਸਰ ਵਾਲਾ ਦੇਖੋ ਜੀ ਪਾਣੀ ਵੇਚ ਰਿਹਾ ਜੀ, ਇਹ ਪਾਣੀ ਪਾਪਾ ਕੇ ਦਈ ਜਾ ਰਿਹਾ ਜੀ। ਕਹਿੰਦੇ ਸਰਕਾਰਾਂ ਸਾਡੇ ਤੋਂ ਕਰਾ ਰਹੀਆਂ ਜੋ ਕੁਛ ਕਰਾ ਰਹੀਆਂ ਸਰਕਾਰਾਂ ਸਾਨੂੰ। 15 ਮਿੰਟ ਪਹਿਲਾਂ ਹਜੇ ਅਸੀਂ ਤੇਲ ਪਵਾ ਕੇ ਆਏ ਹਾਂ, ਚੀਮਾ ਚੌਂਕ ਤੋਂ ਰੋੜ ਕੇ ਲੈ ਕੇ ਆਇਆ, ਮੈਂ ਪੁੱਲ ਚੜਾ ਕੇ ਲੈ ਕੇ ਆਇਆ, 200 ਰੁਪਏ ਦਾ ਤੇਲ ਪਵਾਇਆ ਸੀ ਅਸੀਂ, ਠੀਕ ਹੈ ਨਾ। ਇੱਥੇ ਰੋਡ ਨਾਲ ਬੜਾ ਔਖਾ ਹੋ ਜਾਂਦਾ ਵਾ, ਲੱਤਾਂ ਦੁਖੀ ਜਾਂਦੀਆਂ ਹਜੇ ਤੱਕ। ਇਹ ਪੈਟਰੋਲ ਘੱਟ ਤੇ ਪਾਣੀ ਜ਼ਿਆਦਾ, ਕਹਿੰਦੇ ਸਰਕਾਰਾਂ ਸਾਨੂੰ ਦਿੰਦੀਆਂ ਨੇ, ਸਾਰਾ ਕੁਝ ਸਰਕਾਰਾਂ ਵੱਲੋਂ ਹੀ ਹੁੰਦਾ ਜੋ ਕੁਝ ਹੁੰਦਾ, ਕਹਿੰਦੇ ਸਾਡਾ ਕੋਈ ਕਸੂਰ ਨਹੀਂ, ਸਰਕਾਰਾਂ ਕਹਿੰਦੇ ਤੇਲ ਇੱਦਾਂ ਹੀ ਵੇਚੋ ਤੁਸੀਂ, ਤੇਲ ਵੀ ਘੱਟ ਪਾਉਂਦੇ ਆ, ਜਵਾਬ ਹੀ ਚੋਰਾਂ ਨਾਲ ਕੁੱਤੀ ਰਲ ਗਈ ਆ ਹੁਣ, ਇਹੀ ਕੁੱਤੀ ਰਲੀ ਹੋਈ ਆ ਜੀ। ਇਸ ਬਾਰੇ ਜਦ ਫੋਕਸ ਪੰਜਾਬੀ ਦੀ ਟੀਮ ਨੇ ਪੈਟਰੋਲ ਪੰਪ ਮਾਲਕਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਸੀ, ਸੁਣਦੇ ਆ ਉਹਨਾਂ ਦੀ ਹੀ ਜਵਾਨੀ। ਸਰ ਇਹ ਤੁਹਾਨੂੰ ਮੈਂ ਦਿਖਾਉਣਾ ਸਰ, ਬਿੱਲ ਇੰਡੀਅਨ ਆਇਲ ਦਾ ਪਿਆ ਹੈਗਾ, ਇਹਦੇ ਵਿੱਚ 10% ਬਲੈਂਡਿਡ 10% ਬਲੈਂਡਿਡ ਐਥਨੋਲ ਇਹ ਗਵਰਨਮੈਂਟ ਵੱਲੋਂ ਆਪਣਾ ਪਾ ਕੇ ਆ ਰਿਹਾ, ਜਿਵੇਂ 12 ਲੀਟਰ ਆ ਰਿਹਾ ਤਾਂ 1200 ਲੀਟਰ ਉਹਦੇ 'ਚ ਹੋਏਗਾ। ਇਹ ਸਰਕਾਰ ਬਲੈਂਡ ਕਰਦੀ ਹੈ ਇਹ ਪੋਲਿਊਸ਼ਨ ਕੰਟਰੋਲ ਕਰਨ ਲਈ, ਕਿ ਪੋਲਿਊਸ਼ਨ ਇੰਨਾ ਘੱਟ ਹੋਏਗਾ। ਇਹ ਕੰਪਨੀ ਵੱਲੋਂ ਜਿਵੇਂ ਅੱਜ ਗੱਡੀ ਆਈ ਅਤੇ ਕਈ ਵਾਰ ਇਹ ਬਲੈਂਡ ਸਹੀ ਪ੍ਰੋਪਰ ਨਹੀਂ ਹੁੰਦਾ, ਇਹ ਤਾਂ ਕਰਕੇ ਦਿੱਕਤ ਆ ਰਹੀ ਹੈ, ਇਹ ਐਗਜੈਕਟਲੀ ਪਾਣੀ ਨਹੀਂ ਹੈ, ਇਹ ਐਥਨੋਲ ਹੈ। ਆਓ ਜਾਣਦੇ ਹਾਂ ਪੁਲਿਸ ਅਧਿਕਾਰੀਆਂ ਕੋਲੋਂ ਜੋ ਮੌਕੇ 'ਤੇ ਮੌਜੂਦ ਸਨ। ਤੇਲ 'ਚ ਪਾਣੀ ਮਿਲਦਾ, ਉੱਥੇ ਵੀ ਖਰਾਬ ਹੋ ਰਿਹਾ, ਇੱਥੇ ਆਏ ਹੋਏ ਆ, ਜੋ ਉਹ ਕੰਪਲੇਂਟ ਕਰੋ, ਜੋ ਮਰਜ਼ੀ ਕਾਰਵਾਈ ਕੀਤੀ ਹੋ। ਕਿਸੇ ਨੇ ਕਿਤੇ ਰੌਲਾ ਪਾ ਰਿਹਾ, ਕਿਸੇ ਕੰਪਲੇਂਟ ਕੀਤੀ, ਇਹਦੇ ਬਾਰੇ ਜਿਹੜੇ ਮਹਾਰਾਜਾ ਰਿਪੋਰਟ ਆਉਣ ਆਪਾਂ, ਠੀਕ ਹੈ, ਜੋ ਕੋਈ ਲਿਖਾਊਗਾ ਉਸ ਹਿਸਾਬ ਨਾਲ ਜਾਂ ਤਾਂ ਸਰ ਕਾਰਵਾਈ ਕੀਤੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।